ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਤਾਂ ਇਹ ਵੀ ਨਹੀਂ ਕਹਿ ਸਕਦਾ ਕਿ ਆਪਾਂ ਠੀਕ ਠਾਕ ਹਾਂ ਜਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਚਲੋ ਸਾਰੇ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਜੇ ਰਾਜੀ ਬਾਜੀ ਰਹੋ, ਠੀਕ ਠਾਕ ਰਹੋ, ਆਪਾਂ ਤਾਂ ਇਹੋ ਦੁਆ ਕਰਦੇ ਹਾਂ ਵਾਹਿਗੁਰੂ ਦੇ ਅੱਗੇ। ਅਤੇ ਪਿਛਲੇ 3-4 ਦਿਨ ਤੋਂ ਸਾਡੀ ਕੋਈ ਵੀ ਵੀਡੀਓ ਨਹੀਂ ਆ ਰਹੀ ਅਤੇ ਸਾਰੇ ਜਣੇ ਕਮੈਂਟ ਕਰਕੇ ਇਹੋ ਗੱਲ ਪੁੱਛਣ ਡਏ ਕਿ ਬਾਈ ਤੁਹਾਡੀ ਵੀਡੀਓ ਕਿਉਂ ਨਹੀਂ ਆ ਰਹੀ, ਕੀ ਹੋ ਗਿਆ, ਕੀ ਗੱਲ ਹੋ ਗਈ ਆ। ਅਤੇ ਪਹਿਲਾਂ ਤਾਂ ਅਸੀਂ ਮਤਲਬ ਚੁੱਪ ਹੀ ਰਹੇ ਕਿ ਕੀ ਦੱਸੀਏ, ਹੈ ਨਾ, ਕੁਛ ਸਮਝ ਨਹੀਂ ਲੱਗਣ ਡਿਆ, ਦੱਸੀਏ ਨਾ ਦੱਸੀਏ ਕਿਵੇਂ ਕਰੀਏ। ਪਰ ਬਾਅਦ ਵਿੱਚ ਜਦੋਂ ਫਿਰ ਕਾਫੀ ਸਾਰੇ ਕਮੈਂਟ, ਕੁਛ ਮਿਸਅੰਡਰਸਟੈਂਡਿੰਗ ਕਈ ਤਰ੍ਹਾਂ ਦੀਆਂ, ਹੈ ਨਾ, ਕੋਈ ਕੋਈ ਗੱਲ ਕਰ ਰਿਹਾ, ਕੋਈ ਕੁਛ ਕਰ ਰਿਹਾ, ਅਤੇ ਇਹ ਸੋਚ ਕੇ ਫਿਰ ਅਸੀਂ ਡਿਸਾਈਡ ਕੀਤਾ ਕਿ ਨਹੀਂ, ਸਾਨੂੰ ਤੁਹਾਡੇ ਨਾਲ ਚਲੋ ਗੱਲ ਕਰ ਹੀ ਲੈਣੀ ਚਾਹੀਦੀ ਆ। ਅਤੇ ਕਿਉਂਕਿ ਤੁਸੀਂ ਸਾਰੇ ਜਾਣੇ ਵੀ ਫਿਕਰ ਦੇ ਵਿੱਚ ਸੀ ਕਿ ਬਈ ਕੀ ਗੱਲ ਹੋ ਗਈ, ਕਿਉਂ ਨਹੀਂ ਇਹਨਾਂ ਦੀ ਵੀਡੀਓ ਆ ਰਹੀ। ਕਿਉਂਕਿ ਇਸ ਵੇਲੇ ਵੀ ਸਾਰਾ ਸਾਡੇ ਤਿੰਨ ਚੌਹਾਂ ਜਣਿਆਂ ਦੇ ਇੰਸਟਾ, ਸਾਡਾ ਵਟਸਐਪ, ਸਾਰੇ ਜਗ੍ਹਾ ਦੇ ਉੱਤੇ ਗਰੁੱਪਾਂ ਦੇ ਵਿੱਚ ਮੈਸੇਜ ਤੇ ਮੈਸੇਜ ਇਹੋ ਹੀ ਆ ਰਿਹਾ ਕਿ ਕਿਉਂ ਨਹੀਂ ਵੀਡੀਓ ਆ ਰਹੀ, ਸਾਨੂੰ ਦੱਸੋ। ਹਾਂਜੀ, ਤੇ ਫਿਕਰ ਵੀ ਤੁਹਾਡਾ ਜਾਇਜ਼ ਆ ਕਿਉਂਕਿ ਕਰੀਬ ਕਰੀਬ ਸਾਡੀ ਇੱਕ ਵੀਡੀਓ ਤੇ ਇੱਕ ਦੋ ਵਲੌਗ ਆ ਹੀ ਜਾਂਦੇ ਆ, ਹੈ ਨਾ। ਕਿਤੇ ਕੋਈ ਕੰਮ ਵੀ ਹੋਵੇ ਫਿਰ ਵੀ ਅਸੀਂ ਵਲੌਗ ਜ਼ਰੂਰ ਪਾ ਦਈਦਾ, ਵੀਡੀਓ ਨਾ ਵੀ ਪਵੇ ਤੇ। ਅਤੇ ਗੱਲ ਇੱਦਾਂ ਜੀ, ਮਾਮਾ ਜੀ ਦੇ ਬੇਟੇ ਦੀ ਡੈਥ ਹੋ ਚੁੱਕੀ ਆ, ਕੁੜੀ ਜਿਹੜੀ ਜਸਮੀਤ ਆ ਉਹਦੇ ਹਸਬੈਂਡ ਦੀ, ਅਜੇ ਪਾਲ ਦੀ। ਅਤੇ ਇਹ ਜਦੇ ਉਹਦੀ ਬਿਲਕੁਲ ਹੀ ਘੱਟ ਸੀ, ਪ੍ਰੀਤ ਦਾ ਹੀ ਹਾਣੀ ਸੀ ਉਹ। ਅਤੇ ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਉਹਨਾਂ ਦੇ ਕੋਲ ਗਏ ਹਾਂ, ਉੱਥੇ ਹੋ ਕੇ ਆਏ ਹਾਂ, ਸਾਰਾ ਕੁਝ ਠੀਕ ਸੀ, ਬੜਾ ਵਧੀਆ ਸੀ ਸਾਰਾ ਕੁਛ, ਕੁਛ ਵੀ ਲੱਗਦਾ ਨਹੀਂ ਕਿ ਇੱਦਾਂ ਦੀ ਕੋਈ ਗੱਲ ਹੋਊਗੀ। ਅਸਲ ਵਿੱਚ ਉਹਨੂੰ ਨਾ ਪੀ ਲਿਆ ਸੀ, ਅਤੇ 6 ਮਹੀਨੇ ਪਹਿਲਾਂ ਵੀ ਤੋਂ ਪੀ ਲਿਆ, ਹੈ ਨਾ, ਆਪਣੇ ਘਰ ਵਿੱਚ ਸੋਨੂ ਕੇ ਘਰ, ਉੱਥੇ ਪ੍ਰੀਤ ਨੂੰ ਫੋਨ ਆਇਆ ਕਿ ਬਈ ਆਹ ਗੱਲ ਹੋ ਗਈ। ਤੇ ਸਾਨੂੰ ਤੇ ਇੱਕ ਸਕਿੰਟ ਲਈ ਨਾ ਯਕੀਨ ਹੀ ਨਹੀਂ ਹੋਇਆ ਇਸ ਗੱਲ ਦੇ ਉੱਤੇ ਕਿ ਇਹ ਗੱਲ ਹੋ ਸਕਦੀ ਆ। ਤੇ ਫਿਰ ਖੁਦ ਆਪ ਫੋਨ ਲਾ ਲਾ ਕੇ, ਕਦੇ ਇੱਧਰ ਕਿਸੇ ਨੂੰ ਫੋਨ ਲਾ, ਕਦੇ ਕਿਸੇ ਨੂੰ ਫੋਨ ਲਾ, ਅਤੇ ਫੋਨ ਕਰ ਕਰਕੇ ਸਾਰਿਆਂ ਨੂੰ ਪੁੱਛਿਆ ਕਿ ਬਈ ਆਹ ਜਿਹੜੀ ਗੱਲ ਅਸੀਂ ਸੁਣ ਰਹੇ ਸੱਚ ਵਾ, ਇੱਦਾਂ ਵਾ, ਅਤੇ ਮਤਲਬ ਕੁਛ ਸਮਝ ਹੀ ਨਹੀਂ ਲੱਗੀ। ਫਿਰ ਜਦੋਂ ਚਲੋ ਪੱਕਾ ਹੋ ਗਿਆ ਵੀ ਆਹ ਗੱਲ ਸੱਚ ਵਾ, ਅਤੇ ਫਿਰ ਤਾਂ ਵੀਡੀਓ ਵਿੱਚ ਛੱਡਣੀ ਪਈ ਸਾਨੂੰ, ਅਤੇ ਵੀਡੀਓ ਛੱਡ ਕੇ ਅਸੀਂ ਫਿਰ ਉੱਧਰ ਨੂੰ ਭੱਜੇ। ਫਿਰ ਉੱਥੇ ਜਾ ਕੇ ਚਲੋ ਜੋ ਵੀ ਉੱਥੇ ਕਾਰ ਵਿਹਾਰ ਕਰਨੇ, ਹੈ ਨਾ, ਦੁੱਖ ਦਾ ਟਾਈਮ ਸੀ, ਦੁੱਖ ਦੀ ਘੜੀ, ਉਹਨਾਂ ਦੇ ਨਾਲ ਦੁੱਖ ਵੰਡਾਇਆ। ਹਾਂ, ਸਾਰੇ ਤੁਸੀਂ ਸਾਰੇ ਜਾਣਦੇ ਆ ਉਹਨਾਂ ਨੂੰ, ਸਾਡੇ ਨਾਲ ਵੀ ਆਏ ਇੱਕ ਦੋ ਵੀਡੀਓ ਦੇ ਵਿੱਚ, ਤੇ ਛੋਟੀਆਂ ਛੋਟੀਆਂ ਦੋ ਕੁੜੀਆਂ, ਦੋ ਬੇਟੀਆਂ ਉਹਦੀਆਂ ਛੋਟੀਆਂ ਛੋਟੀਆਂ, ਇੱਕ ਬੇਟੀ ਗੁਰਮੇਹਰ ਤੋਂ ਛੋਟੀ ਆ, ਦੂਸਰੀ ਬੇਟੀ ਸਾਹਿਬ ਤੋਂ ਛੋਟੀ ਆ। ਤੇ ਅਜੇ ਉਹਨੇ 4-5 ਦਿਨ ਪਹਿਲਾਂ ਇੱਕ ਵਲੌਗ ਪਾਇਆ ਸੀ ਜਿਹਦੇ ਵਿੱਚ ਕਹਿ ਰਹੀ ਸੀ ਕਿ ਅਜੇਪਾਲ ਕਿਉਂ ਨਹੀਂ, ਵੀ ਬਾਹਰ ਕਿਉਂ ਨਹੀਂ ਜਾ ਰਿਹਾ ਦੁਬਾਰਾ, ਹੈ ਨਾ, ਬਾਹਰ ਕਿਉਂ ਨਹੀਂ ਗਿਆ। ਤੇ ਮੈਂ ਨਾ ਉਹ ਤਾਂ ਸਾਰਾ ਵਲੌਗ ਵੇਖਣ ਡਿਆ ਸੀ, ਇੱਦਾਂ ਅਚਾਨਕ ਹੀ ਮੈਂ ਤਾਂ ਵਲੌਗ ਵੇਖਣ ਡਿਆ ਵੀ ਕਿਉਂ ਨਹੀਂ ਗਿਆ ਬਾਹਰ, ਤੇ ਕਹਿ ਰਹੀ ਕਿ ਬੇਟੀਆਂ ਦੇ ਕਰਕੇ ਵੀ ਬਾਹਰ ਨਹੀਂ ਜਾ ਸਕਦੇ, ਤੇ ਇੱਥੇ ਹੀ ਕੰਮ ਕਰਾਂਗੇ ਆਪਾਂ ਘਰੇ ਹੀ ਜਿੰਨਾ ਵੀ ਹੋ ਸਕਦਾ ਵਾ, ਕਿਉਂਕਿ ਕੰਮ ਕਾਰ ਵੀ ਕਰਨੇ ਪੈਂਦੇ ਆ, ਹੈ ਨਾ, ਬੱਚੇ ਘਰ ਛੋਟੇ ਹੋਣ ਕਰਕੇ, ਕਿਉਂਕਿ ਮੇਰੇ ਮਾਮਾ ਜੀ ਵੀ ਫੌਜ ਦੇ ਵਿੱਚ ਆ ਤੇ ਉੱਥੇ ਡਿਊਟੀ ਕਰਦੇ ਆ ਉਹ, ਤੇ ਉਹਨਾਂ ਦੇ ਕਰਕੇ ਉਹ ਕਹਿੰਦੇ ਵੀ ਘਰੇ ਰਹੂਗਾ ਤੇ ਚਲੋ ਇੱਧਰ ਉੱਧਰ ਜਾਣਾ ਸੌਖਾ ਹੋ ਜਾਂਦਾ ਵਾ। ਤੇ
ਮੇਰਾ ਬੜਾ ਨਾ ਮਨ ਵਿੱਚ ਆਇਆ ਜਦੋਂ ਆਹ ਗੱਲ ਹੋਈ, ਜਦੋਂ ਮਤਲਬ ਅਸੀਂ ਉੱਥੇ ਗਏ, ਅਸੀਂ ਉਹਦਾ ਸੰਸਕਾਰ ਕਰਨ ਲੱਗੇ ਜਾਂ ਹੈ ਨਾ ਉਹਨੂੰ ਨਵਾਲਣ ਧਵਾਲਣ ਡਏ ਅਸੀਂ, ਅਤੇ ਮੇਰੇ ਬੜਾ ਮਨ ਵਿੱਚ ਇਹ ਚੀਜ਼ ਨੂੰ ਆਇਆ ਕਿ ਕਿਵੇਂ ਉਹ ਇਹ ਗੱਲਾਂ ਕਹਿ ਰਹੀ ਆ ਕਿ ਇਹ ਅਸੀਂ ਬਾਹਰ ਇਹ ਕਰਕੇ ਨਹੀਂ ਜਾ ਸਕਦਾ, ਸਰਦਾ ਨਹੀਂ ਹੈ, ਉੱਥੇ ਹੁਣ ਵੀ ਤਾਂ ਸਰਨਾ ਹੀ ਆ, ਹਮੇਸ਼ਾ ਲਈ ਛੱਡ ਕੇ ਚੱਲ ਗਿਆ, ਕਦੀ ਵਾਪਸ ਨਹੀਂ ਆਉਣਾ। ਗੱਲ ਇਹ ਨੇ ਥਾਂ ਤੇ ਤੁਸੀਂ ਕੁਛ ਕਰ ਨਹੀਂ ਸਕਦੇ, ਜਿੱਥੇ ਅਸੀਂ ਜੋ ਕੁਛ ਕਰ ਸਕਦੇ ਹਾਂ ਅਸੀਂ ਉਹ ਚੀਜ਼ ਜ਼ਰੂਰ ਕਰੀਦੀ ਆ। ਬਾਕੀ ਚਲੋ ਆਪਾਂ ਤੇ ਹੁਣ ਤੁਹਾਡੇ ਸਾਰਿਆਂ ਦੇ ਅੱਗੇ ਤੇ ਇਹੋ ਹੀ ਰਿਕੁਐਸਟ ਕਰਦੇ ਹਾਂ ਕਿ ਹੁਣ ਉਹਦੀਆਂ ਦੋ ਬੇਟੀਆਂ ਨੇ, ਚਲੋ ਕਿਉਂਕਿ ਜ਼ਿੰਦਗੀ ਚੱਲਦੀ ਰਹਿਣੀ ਆ, ਜ਼ਿੰਦਗੀ ਤਾਂ ਰੁਕਣੀ ਨਹੀਂ ਹੈ ਨਾ। ਵਿੱਕੀ ਨੇ ਵੀ ਆਪਣਾ ਭਰਾ ਗਵਾਇਆ, ਸੰਦੀਪ ਨੇ ਵੀ ਆਪਣਾ ਭਰਾ ਗਵਾਇਆ ਵਾ, ਸੰਦੀਪ ਨੇ ਤਾਂ ਦੋ ਭਰਾ ਗਵਾਏ ਆਪਣੇ, ਅਤੇ ਪਰ ਜ਼ਿੰਦਗੀ ਨਹੀਂ ਰੁਕਦੀ, ਇਹਨੇ ਚੱਲਦੀ ਰਹਿਣਾ ਵਾ, ਇਹ ਸਮਾਂ ਵਾ, ਇੱਕ ਸੈਕਿੰਡ ਲਈ ਵੀ ਨਹੀਂ ਰੁਕਦਾ ਅਤੇ ਕਿਸੇ ਵਾਸਤੇ ਵੀ ਨਹੀਂ ਰੁਕਦਾ। ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਵਾ, ਭੁਲਾਉਣਾ ਪੈਂਦਾ ਵਾ, ਜੀਣਾ ਸਿੱਖਣਾ ਪੈਣਾ ਫਿਰ ਦੁਬਾਰਾ ਤੋਂ। ਅਤੇ ਹੁਣ ਤੁਹਾਡੇ ਸਾਰਿਆਂ ਦੇ ਅੱਗੇ ਉਹ ਬੇਨਤੀ ਆ ਕਿ ਚਲੋ ਹੁਣ ਉਹ ਗਾਂਹ ਕੁੜੀ ਥੋੜ੍ਹੀ ਸੈੱਟ ਹੋਊਗੀ ਆਪਣਾ ਆਪਣੇ ਪਰਿਵਾਰ ਦੇ ਵਿੱਚ ਫਿਰ, ਹੈ ਨਾ। ਅਤੇ ਜੇ ਉਹ ਆਪਣੇ ਵਲੋਗ ਵਗੈਰਾ ਪਾਉਂਦੀ ਆ, ਹੈ ਨਾ, ਕੁਛ ਵੀ ਪਾਉਂਦੀ ਆ, ਕਿਉਂਕਿ ਇਸ ਵੇਲੇ ਵੇਖੋ ਜੋ ਮਰਜ਼ੀ ਆ ਪੈਸੇ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ। ਅਤੇ ਆਪਾਂ ਤੁਹਾਡੇ ਸਾਰਿਆਂ ਦੇ ਅੱਗੇ ਇਹੋ ਹੀ ਬੇਨਤੀ ਕਰਦੇ ਹਾਂ ਕਿ ਚਲੋ ਜੇ ਹੁਣ ਉਹ ਗਾਂਹ ਵਲੋਗ ਪਾਇਆ ਕਰੇ, ਬਿਲਕੁਲ ਤੁਸੀਂ ਜਿੱਦਾਂ ਸਾਨੂੰ ਪਸੰਦ ਕਰਦੇ ਜੇ, ਸਾਨੂੰ ਪਿਆਰ ਦਿੰਦੇ ਜੇ, ਇੱਦਾਂ ਹੀ ਤੁਸੀਂ ਉਹਦਾ ਵੀ ਸਾਥ ਦਿਆ ਕਰੋ, ਹੈ ਨਾ, ਕਿਉਂਕਿ ਕੰਮ ਕੋਈ ਚੱਲੇ ਤਾਂ ਫਿਰ ਹੀ ਅਗਲੇ ਦਾ ਜੀ ਕਰਦਾ ਵਾ ਕੰਮ ਕਰਨ ਨੂੰ ਵੀ, ਹੈ ਨਾ। ਅਤੇ ਹਾਲਾਂਕਿ ਉਹ ਅਸੀਂ ਉੱਥੇ ਗਏ ਹਾਂ ਅਤੇ ਉਹ ਸਾਡਾ ਵੀ ਕੋਈ ਨਾ ਕੋਈ ਵਲੋਗ ਵਗੈਰਾ ਬਣਾ ਲੈਂਦੀ ਆ, ਪਾ ਲੈਂਦੀ। ਅਤੇ ਕਈ ਜਣਿਆਂ ਵਿੱਚ ਕਮੈਂਟ ਵੀ ਕੀਤੇ ਕਿ ਬਈ ਤੁਹਾਡੇ ਕੋਲ ਇਹੋ ਕੰਟੈਂਟ ਰਹਿ ਗਿਆ, ਉਹ ਆਉਂਦੇ ਨੇ ਤੂੰ ਉਹਨਾਂ ਦਾ ਫਾਇਦਾ ਚੁੱਕਦੀ ਆ, ਹੈ ਨਾ। ਪਰ ਘਰਾਂ ਦਾ ਵਿੱਚ ਕੀ ਚੱਲਦਾ ਹੁੰਦਾ ਵਾ ਉਹ ਉਹੋ ਹੀ ਜਾਣਦੇ ਆ ਜੋ ਜਿਨ੍ਹਾਂ ਦੇ ਉੱਤੇ ਬੀਤ ਰਹੀ ਹੁੰਦੀ ਆ। ਅਤੇ ਚਲੋ ਕਾਫੀ ਕੰਡੀਸ਼ਨ ਉਹਨਾਂ ਦੇ ਵੀ ਘਰ ਦੀ ਵੀਕ ਆ, ਅਤੇ ਉਹ ਕੁੜੀ ਦੀ ਪੂਰੀ ਕੋਸ਼ਿਸ਼ ਹੈ ਕਿ ਮੈਂ ਕੁਛ ਮਿਹਨਤ ਕਰਕੇ ਆਪਣੇ ਘਰ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਆ ਉਹ, ਅਤੇ ਜਿੰਨਾ ਹੋ ਸਕੇ ਉਹ ਕਰਦੀ ਵੀ ਆ। ਅਤੇ ਚਲੋ ਸਾਡੀ ਵੀ ਕੋਸ਼ਿਸ਼ ਹੁੰਦੀ ਅਸੀਂ ਉਹਦਾ ਸਾਥ ਦਈਏ, ਪਰ ਹੁਣ ਉਹ ਸਾਡੇ ਤੋਂ ਮਤਲਬ ਕਿ ਕਾਫੀ ਦੂਰ ਵਾ, 60-70 ਕਿਲੋਮੀਟਰ ਦੂਰ ਆ, ਅਤੇ ਰੋਜ਼ ਤਾਂ ਵੀਡੀਓ ਵਿੱਚ ਕੰਮ ਕਰਨਾ ਪੋਸੀਬਲ ਨਹੀਂ ਹੈਗਾ। ਅਤੇ ਆਪਣਾ ਅਸੀਂ ਸਾਥ ਦੇ ਕੇ ਚੈਨਲ ਵੀ ਉਹਦਾ ਬਣਵਾਇਆ, ਸਾਰਾ ਕੁਛ ਕਰਕੇ ਦਿੱਤਾ ਉਹਨੂੰ, ਅਤੇ ਪਰ ਫਿਰ ਵੀ ਸਾਡੇ ਕਰਨ ਦੇ ਨਾਲ ਕੁਛ ਨਹੀਂ ਹੋਣਾ, ਜੋ ਕੁਛ ਤੁਹਾਡੇ ਕਰਨ ਦੇ ਨਾਲ ਹੋਣਾ ਵਾ। ਤੁਸੀਂ ਜਦੋਂ ਸਪੋਰਟ ਕਰੋਗੇ ਤਾਂ ਆਪੇ ਚਲੋ ਕੰਮ ਉਹਦਾ ਵੀ ਵਧੀਆ ਚੱਲ ਜਾਏਗਾ, ਹੈ ਨਾ, ਕਿਉਂਕਿ ਜ਼ਿੰਦਗੀ ਕੱਟਣ ਵਾਸਤੇ ਪੈਸਾ ਜ਼ਰੂਰੀ ਆ। ਅਤੇ ਜਿੱਧਰ ਵੀ ਹੋ ਸਕਦੇ ਜਿੰਨਾ ਵੀ ਹੱਥ ਪੱਲਾ ਉਹ ਮਾਰਨ ਡਈ ਆ, ਉਹ ਕੋਸ਼ਿਸ਼ ਕਰਨ ਡਈ ਆ, ਅਤੇ ਚਲੋ ਤੁਸੀਂ ਵੀ ਸਾਰੇ ਜਣੇ ਉਹਦਾ ਸਾਥ ਜ਼ਰੂਰ ਦਿਓ। ਅਤੇ ਇਹ ਦੁੱਖ ਦੀ ਘੜੀ ਦੇ ਵਿੱਚ ਚਲੋ ਤੁਸੀਂ ਉਹਨੂੰ ਵੀ ਦਿਲਾਸਾ ਦਿਓ, ਅਤੇ ਕੁਛ ਕਹਿਣ ਲਈ ਹੋਰ ਕੁਛ ਹੈ ਹੀ ਨਹੀਂ ਆ, ਕੀ ਕਵੇ ਬੰਦਾ। ਕੁਛ ਟਾਈਮ ਹੁਣ ਵੀਡੀਓ ਲੇਟ ਹੋਣਗੀਆਂ, ਹੈ ਨਾ, ਕਿਉਂਕਿ ਪਤਾ ਕੀ ਗੱਲ ਵਾ, ਦੇਖੋ ਕੰਮ ਆ, ਕੰਮ ਤਾਂ ਰੁਕਣੇ ਨਹੀਂ ਆ, ਕੰਮ ਕਰਨੇ ਪੈਂਦੇ ਆ ਅਤੇ ਕਰਨੇ ਵੀ ਆ। ਪਰ ਕੁਛ ਲੋਕਾਂ ਦੀ ਨਾ ਮੈਂਟੈਲਿਟੀ ਇੱਦਾਂ ਦੀ ਹੁੰਦੀ ਆ ਕਿ ਹਾਂ ਬਈ ਆਹ ਗੱਲ ਹੋ ਗਈ ਆ ਤੁਹਾਨੂੰ ਕੰਮ ਦੀ ਪਈ ਆ, ਹੈ ਨਾ। ਅਤੇ ਕੰਮ ਕਿਉਂਕਿ ਸਾਰੇ ਕਰਨ ਡੇ ਆ, ਹੁਣ ਘਰ ਪਸ਼ੂ ਰੱਖੇ, ਉਹਨਾਂ ਦੇ ਘਰ ਵੀ ਉੱਥੇ ਨਾ ਪਸ਼ੂ ਰੱਖੇ ਤਾਂ ਦੱਸ ਉਹਨਾਂ ਨੂੰ ਉਹ ਪੱਠੇ ਨਹੀਂ ਪਾਉਣ ਡੇ, ਹੈ ਨਾ, ਫਸਲਾਂ ਨੇ ਉਹਨਾਂ ਨੂੰ ਪਾਣੀ ਧਾਣੀ ਨਹੀਂ ਲੱਗਣ ਡਿਆ, ਸਾਰਾ ਕੁਛ ਹੀ ਹੁੰਦਾ ਵਾ। ਬਸ ਇਹ ਹੈ ਕਿ ਸਾਡਾ ਥੋੜ੍ਹਾ ਜਿਹਾ ਕੰਮ ਸਾਹਮਣੇ ਆ ਤਾਂ ਸਾਨੂੰ ਥੋੜ੍ਹੀਆਂ ਗੱਲਾਂ ਜ਼ਿਆਦਾ ਹੋ ਜਾਂਦੀਆਂ ਵਾ। ਅਤੇ ਜੇ ਕਿਸੇ ਨੂੰ ਜਵਾਬ ਦਿਓ ਤਾਂ ਫਿਰ ਕਮੈਂਟ ਇਹ ਆਉਣ ਲੱਗ ਜਾਂਦੇ ਵੀ ਤੁਸੀਂ ਕਿਸੇ ਨੂੰ ਜਵਾਬ ਕਿਉਂ ਦਿੰਦੇ ਜੇ, ਅਤੇ ਜੇ ਜਵਾਬ ਨਾ ਦਿਓ ਤਾਂ ਫਿਰ ਆਖ ਦੇਣਗੇ ਕਿ ਬਈ ਇਹਨਾਂ ਨੇ ਨਹੀਂ ਜਵਾਬ ਦੇਣਾ, ਇਹਨਾਂ ਨੂੰ ਨਹੀਂ ਕੋਈ ਪਰਵਾਹ ਹੁੰਦੀ ਹੈ ਅਤੇ ਬੇਸ਼ਰਮ ਹੋ ਗਏ ਆ।
ਤੇ ਸਮਝ ਨਹੀਂ ਲੱਗਦੀ ਮਤਲਬ ਕਿ ਦੋ ਧਾਰੀ ਤਲਵਾਰਾਂ ਦੇ ਵਿੱਚ ਫਸੇ ਪਏ ਆ, ਕੀ ਕਿਸੇ ਨੂੰ ਕਹੀਏ ਕੀ ਨਾ ਕਹੀਏ। ਪਰ ਚਲੋ ਮੈਂ ਕਿਸੇ ਤੇ ਇਲਜ਼ਾਮ ਲਾਉਣ ਨਹੀਂ ਆਇਆ, ਮੈਂ ਸਿਰਫ ਤੁਹਾਨੂੰ ਇਹ ਦੱਸਣ ਆਇਆ ਕਿ ਆਹ ਵਜ੍ਹਾ ਹੋਈ ਆ ਜਿਹੜੀ ਵਜ੍ਹਾ ਕਰਕੇ ਸਾਡੀ ਮਤਲਬ ਕਿ ਵੀਡੀਓ ਨਹੀਂ ਪੈ ਰਹੀ। ਤੇ ਚਲੋ ਥੋੜਾ ਜਿਹਾ ਹੁਣ ਸਾਰਾ ਕੰਮ ਸਹੀ ਹੁੰਦਾ ਵਾ ਤੇ ਫਿਰ ਆਪਾਂ ਦੁਬਾਰਾ ਤੋਂ ਵੀਡੀਓ ਪਾਉਣੀਆਂ ਕਰਦੇ ਹਾਂ ਸ਼ੁਰੂ, ਹੈ ਨਾ। ਤੇ ਫਿਰ ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਚਲੋ ਉਸ ਕੁੜੀ ਦਾ ਹੁਣ ਸਾਥ ਜ਼ਰੂਰ ਦਿਓ ਸਾਰੇ ਜਾਣੇ। ਤੇ ਓਕੇ ਜੀ, ਧੰਨਵਾਦ ਸਾਰਿਆਂ ਦਾ। ਤੇਰਾ ਪੰਜਾਬ ਬੋਲਣਾ।